ਹਾਂਜੀ ਡੇਲੀ ਪੋਸਟ ਦੇਖ ਰਿਹਾ ਪੰਜਾਬੀ ਅੱਜ ਫਲੋਰ ਦੇ ਵਿੱਚ ਅੱਜ ਸੰਯੁਕਤ ਮੋਰਚੇ ਵੱਲੋਂ ਅੱਜ ਜਿਹੜੀ ਬੰਦ ਦੀ ਕਾਲ ਹੋਈ ਆ ਭਾਰਤ ਬੰਦ ਆ ਉਹਦੇ ਸੰਬੰਧ 'ਚ ਆਪਾਂ ਫਲੋਰ ਖੜ੍ਹੇ ਹਾਂ ਜਿਹ 'ਚ ਸੰਯੁਕਤ ਮੋਰਚੇ ਨੇ ਅੱਜ ਹਾਈਵੇ ਘੇਰਿਆ ਹੈ। ਮੈਂ ਤਸਵੀਰਾਂ ਰਾਹੀਂ ਕੈਮਰਾਮੈਨ ਨੂੰ ਕਹਿਣਾ ਜੇ ਤਸਵੀਰਾਂ ਨੂੰ ਦਿਖਾਇਆ ਜਾਵੇ ਜਿਹੜਾ ਸੰਯੁਕਤ ਮੋਰਚੇ ਵੱਲੋਂ ਅੱਜ ਦੋਨਾਂ ਸਾਈਡਾਂ ਲੁਧਿਆਣਾ ਜਲੰਧਰ ਰੋਡ ਹਾਈਵੇ ਘੇਰਿਆ ਹੋਇਆ ਉਹਨਾਂ ਦਾ ਆਪਣਾ ਪ੍ਰੋਟੈਕਸ ਚੱਲ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ। ਕੱਲ੍ਹ ਜਿਹੜਾ ਲੋਡੋਵਾਲ ਟੋਲ ਪਲਾਜ਼ਾ ਵੀ 3 ਘੰਟੇ ਲਈ ਫ੍ਰੀ ਕੀਤਾ ਗਿਆ। ਕਿਸਾਨ ਆਪਣੀਆਂ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਵੀ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਲਗਾਤਾਰ ਧਰਨਾ ਜਾਰੀ ਰਹੇਗਾ। ਤੁਸੀਂ ਤਸਵੀਰਾਂ ਰਾਹੀਂ ਦੇਖਿਆ ਲਗਾਤਾਰ ਤਸਵੀਰਾਂ ਰਾਹੀਂ ਬਿਲਕੁਲ ਹਾਈਵੇ ਜਾਮ ਕੀਤਾ ਹੈ ਲੋਕਾਂ ਆਉਣ ਜਾਣ ਵਾਲਿਆਂ ਨੂੰ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਫਲੋਰ ਦੇ ਵਿੱਚ ਅੱਜ ਸੰਯੁਕਤ ਮੋਰਚੇ ਵੱਲੋਂ ਅੱਜ ਜਿਹੜੀ ਬੰਦ ਦੀ ਕਾਲ ਹੋਈ ਆ ਭਾਰਤ ਬੰਦ ਆ ਉਹਦੇ ਸੰਬੰਧ 'ਚ ਆਪਾਂ ਫਲੋਰ ਖੜ੍ਹੇ ਹਾਂ ਜਿਹ 'ਚ ਸੰਯੁਕਤ ਮੋਰਚੇ ਨੇ ਅੱਜ ਹਾਈਵੇ ਘੇਰਿਆ ਹੈ। ਮੈਂ ਤਸਵੀਰਾਂ ਰਾਹੀਂ ਕੈਮਰਾਮੈਨ ਨੂੰ ਕਹਿਣਾ ਜੇ ਤਸਵੀਰਾਂ ਨੂੰ ਦਿਖਾਇਆ ਜਾਵੇ ਜਿਹੜਾ ਸੰਯੁਕਤ ਮੋਰਚੇ ਵੱਲੋਂ ਅੱਜ ਦੋਨਾਂ ਸਾਈਡਾਂ ਲੁਧਿਆਣਾ ਜਲੰਧਰ ਰੋਡ ਹਾਈਵੇ ਘੇਰਿਆ ਹੋਇਆ ਉਹਨਾਂ ਦਾ ਆਪਣਾ ਪ੍ਰੋਟੈਕਸ ਚੱਲ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ। ਕੱਲ੍ਹ ਜਿਹੜਾ ਲੋਡੋਵਾਲ ਟੋਲ ਪਲਾਜ਼ਾ ਵੀ 3 ਘੰਟੇ ਲਈ ਫ੍ਰੀ ਕੀਤਾ ਗਿਆ। ਕਿਸਾਨ ਆਪਣੀਆਂ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਵੀ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਲਗਾਤਾਰ ਧਰਨਾ ਜਾਰੀ ਰਹੇਗਾ। ਤੁਸੀਂ ਤਸਵੀਰਾਂ ਰਾਹੀਂ ਦੇਖਿਆ ਲਗਾਤਾਰ ਤਸਵੀਰਾਂ ਰਾਹੀਂ ਬਿਲਕੁਲ ਹਾਈਵੇ ਜਾਮ ਕੀਤਾ ਹੈ ਲੋਕਾਂ ਆਉਣ ਜਾਣ ਵਾਲਿਆਂ ਨੂੰ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਫਲੋਰ ਦੇ ਵਿੱਚ ਅੱਜ ਸੰਯੁਕਤ ਮੋਰਚੇ ਵੱਲੋਂ ਅੱਜ ਜਿਹੜੀ ਬੰਦ ਦੀ ਕਾਲ ਹੋਈ ਆ ਭਾਰਤ ਬੰਦ ਆ ਉਹਦੇ ਸੰਬੰਧ 'ਚ ਆਪਾਂ ਫਲੋਰ ਖੜ੍ਹੇ ਹਾਂ ਜਿਹ 'ਚ ਸੰਯੁਕਤ ਮੋਰਚੇ ਨੇ ਅੱਜ ਹਾਈਵੇ ਘੇਰਿਆ ਹੈ। ਮੈਂ ਤਸਵੀਰਾਂ ਰਾਹੀਂ ਕੈਮਰਾਮੈਨ ਨੂੰ ਕਹਿਣਾ ਜੇ ਤਸਵੀਰਾਂ ਨੂੰ ਦਿਖਾਇਆ ਜਾਵੇ ਜਿਹੜਾ ਸੰਯੁਕਤ ਮੋਰਚੇ ਵੱਲੋਂ ਅੱਜ ਦੋਨਾਂ ਸਾਈਡਾਂ ਲੁਧਿਆਣਾ ਜਲੰਧਰ ਰੋਡ ਹਾਈਵੇ ਘੇਰਿਆ ਹੋਇਆ ਉਹਨਾਂ ਦਾ ਆਪਣਾ ਪ੍ਰੋਟੈਕਸ ਚੱਲ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ। ਕੱਲ੍ਹ ਜਿਹੜਾ ਲੋਡੋਵਾਲ ਟੋਲ ਪਲਾਜ਼ਾ ਵੀ 3 ਘੰਟੇ ਲਈ ਫ੍ਰੀ ਕੀਤਾ ਗਿਆ। ਕਿਸਾਨ ਆਪਣੀਆਂ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਵੀ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਲਗਾਤਾਰ ਧਰਨਾ ਜਾਰੀ ਰਹੇਗਾ। ਤੁਸੀਂ ਤਸਵੀਰਾਂ ਰਾਹੀਂ ਦੇਖਿਆ ਲਗਾਤਾਰ ਤਸਵੀਰਾਂ ਰਾਹੀਂ ਬਿਲਕੁਲ ਹਾਈਵੇ ਜਾਮ ਕੀਤਾ ਹੈ ਲੋਕਾਂ ਆਉਣ ਜਾਣ ਵਾਲਿਆਂ ਨੂੰ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਫਲੋਰ ਦੇ ਵਿੱਚ ਅੱਜ ਸੰਯੁਕਤ ਮੋਰਚੇ ਵੱਲੋਂ ਅੱਜ ਜਿਹੜੀ ਬੰਦ ਦੀ ਕਾਲ ਹੋਈ ਆ ਭਾਰਤ ਬੰਦ ਆ ਉਹਦੇ ਸੰਬੰਧ 'ਚ ਆਪਾਂ ਫਲੋਰ ਖੜ੍ਹੇ ਹਾਂ ਜਿਹ 'ਚ ਸੰਯੁਕਤ ਮੋਰਚੇ ਨੇ ਅੱਜ ਹਾਈਵੇ ਘੇਰਿਆ ਹੈ। ਮੈਂ ਤਸਵੀਰਾਂ ਰਾਹੀਂ ਕੈਮਰਾਮੈਨ ਨੂੰ ਕਹਿਣਾ ਜੇ ਤਸਵੀਰਾਂ ਨੂੰ ਦਿਖਾਇਆ ਜਾਵੇ ਜਿਹੜਾ ਸੰਯੁਕਤ ਮੋਰਚੇ ਵੱਲੋਂ ਅੱਜ ਦੋਨਾਂ ਸਾਈਡਾਂ ਲੁਧਿਆਣਾ ਜਲੰਧਰ ਰੋਡ ਹਾਈਵੇ ਘੇਰਿਆ ਹੋਇਆ ਉਹਨਾਂ ਦਾ ਆਪਣਾ ਪ੍ਰੋਟੈਕਸ ਚੱਲ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ। ਕੱਲ੍ਹ ਜਿਹੜਾ ਲੋਡੋਵਾਲ ਟੋਲ ਪਲਾਜ਼ਾ ਵੀ 3 ਘੰਟੇ ਲਈ ਫ੍ਰੀ ਕੀਤਾ ਗਿਆ। ਕਿਸਾਨ ਆਪਣੀਆਂ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਵੀ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਲਗਾਤਾਰ ਧਰਨਾ ਜਾਰੀ ਰਹੇਗਾ। ਤੁਸੀਂ ਤਸਵੀਰਾਂ ਰਾਹੀਂ ਦੇਖਿਆ ਲਗਾਤਾਰ ਤਸਵੀਰਾਂ ਰਾਹੀਂ ਬਿਲਕੁਲ ਹਾਈਵੇ ਜਾਮ ਕੀਤਾ ਹੈ ਲੋਕਾਂ ਆਉਣ ਜਾਣ ਵਾਲਿਆਂ ਨੂੰ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਫਲੋਰ ਦੇ ਵਿੱਚ ਅੱਜ ਸੰਯੁਕਤ ਮੋਰਚੇ ਵੱਲੋਂ ਅੱਜ ਜਿਹੜੀ ਬੰਦ ਦੀ ਕਾਲ ਹੋਈ ਆ ਭਾਰਤ ਬੰਦ ਆ ਉਹਦੇ ਸੰਬੰਧ 'ਚ ਆਪਾਂ ਫਲੋਰ ਖੜ੍ਹੇ ਹਾਂ ਜਿਹ 'ਚ ਸੰਯੁਕਤ ਮੋਰਚੇ ਨੇ ਅੱਜ ਹਾਈਵੇ ਘੇਰਿਆ ਹੈ। ਮੈਂ ਤਸਵੀਰਾਂ ਰਾਹੀਂ ਕੈਮਰਾਮੈਨ ਨੂੰ ਕਹਿਣਾ ਜੇ ਤਸਵੀਰਾਂ ਨੂੰ ਦਿਖਾਇਆ ਜਾਵੇ ਜਿਹੜਾ ਸੰਯੁਕਤ ਮੋਰਚੇ ਵੱਲੋਂ ਅੱਜ ਦੋਨਾਂ ਸਾਈਡਾਂ ਲੁਧਿਆਣਾ ਜਲੰਧਰ ਰੋਡ ਹਾਈਵੇ ਘੇਰਿਆ ਹੋਇਆ ਉਹਨਾਂ ਦਾ ਆਪਣਾ ਪ੍ਰੋਟੈਕਸ ਚੱਲ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ। ਕੱਲ੍ਹ ਜਿਹੜਾ ਲੋਡੋਵਾਲ ਟੋਲ ਪਲਾਜ਼ਾ ਵੀ 3 ਘੰਟੇ ਲਈ ਫ੍ਰੀ ਕੀਤਾ ਗਿਆ। ਕਿਸਾਨ ਆਪਣੀਆਂ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਵੀ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਲਗਾਤਾਰ ਧਰਨਾ ਜਾਰੀ ਰਹੇਗਾ। ਤੁਸੀਂ ਤਸਵੀਰਾਂ ਰਾਹੀਂ ਦੇਖਿਆ ਲਗਾਤਾਰ ਤਸਵੀਰਾਂ ਰਾਹੀਂ ਬਿਲਕੁਲ ਹਾਈਵੇ ਜਾਮ ਕੀਤਾ ਹੈ ਲੋਕਾਂ ਆਉਣ ਜਾਣ ਵਾਲਿਆਂ ਨੂੰ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਤਸਵੀਰਾਂ ਵਿੱਚ ਦੇਖ ਸਕਦੇ ਹਾਂ ਫਲੋਰ ਤੋਂ ਕੈਮਰਾਮੈਨ ਵਿਜੇ ਮਾਨ ਦੇ ਨਾਲ ਫਲੋਰ ਤੋਂ ਰਾਜਕੁਮਾਰ ਨੰਗਲ ਡੇਲੀ ਪੋਸਟ ਪੰਜਾਬੀ।